ਭਰਜਾਈ ਓ ਭਰਜਾਈ ਕਿੱਥੇ ਆ ਭਰਜਾਈ ਚਲਿਆ ਜਾ ਇੱਥੋਂ ਨਹੀਂ ਮੈਂ ਗੁਰਨਾਮ ਸਿੰਘ ਨੂੰ ਬੁਲਾ ਲੈਣਾ ਭਰਜਾਈ ਗੁੱਸਾ ਕਿਉਂ ਕਰਦੀ ਆ ਤੇਰੇ ਨਾਲ ਇੱਕ ਗੱਲ ਹੀ ਕਰਨੀ ਆ ਤੂੰ ਭਲੀ ਪੱਤ ਨਾਲ ਚਲਿਆ ਜਾ ਇੱਥੋਂ ਮੈਂ ਕੋਈ ਗੱਲ ਨਹੀਂ ਕਰਨੀ ਤੇਰੇ ਨਾਲ ठीक है जेबी तू जो करना है कर ली ਬੇਸ਼ੱਕ ਵੀ ਉਹਦਾ ਮੈਂ ਜੇਠ ਲੱਗਦਾ ਪਰ ਉਹਦੇ ਬਜ਼ੁਰਗਾਂ ਥਾਂ ਵੀ ਮੈਂ ਹੀ ਹਾਂ ਮੈਨੂੰ ਤਾਂ ਛੋਟੇ ਛੋਟੇ ਜਵਾਕਾਂ ਨੂੰ ਦੇਖ ਕੇ ਤਰਸ ਆਉਂਦਾ ਨਾਲੇ ਵੀਰੋ ਦੀ ਉਮਰ ਵੀ ਕਿੰਨੀ ਕੁ ਆ ਇਕੱਲੀ ਔਰਤ ਨੂੰ ਤਾਂ ਹੀ ਦੁਨੀਆਂ ਜਿਉਣ ਨਹੀਂ ਦਿੰਦੀ ਜੇ ਵੀਰੋ ਕਹੇ ਤਾਂ ਆਪਾਂ ਕਿਸੇ ਨੂੰ ਪੱਗ ਦੇ ਦਿੰਦੇ ਹਾਂ ਗੱਲ ਤਾਂ ਤੇਰੀ ਠੀਕ ਆ ਪੁੱਤਰਾ ਪਰ ਮੈਨੂੰ ਲੱਗਦਾ ਵੀਰੋ ਨੇ ਮੰਨਣਾ ਨਹੀਂ ਤਾਂ ਤੂੰ ਆਪ ਪੁੱਛ ਇੱਕ ਵਾਰੀ ਪਰ ਪੁੱਤ ਪੱਗ ਦੇਵਾਂਗੇ ਕਿਹਨੂੰ ਆਪਾਂ ਮੈਂ ਸੋਚਦਾ ਜੈਬੀ ਛੜਾ ਨਾਲੇ ਉਹਦੀ ਰੋਟੀ ਪੱਗਦੀ ਹੋ ਜੂ ਨਾਲੇ ਇਹਦਾ ਸਿਰ ਟਕਣ ਹੋ ਜਾਣਾ ਜੈਬੀ ਸ਼ਰਾਬ ਨਾਲ ਤਾਂ ਰੱਜਿਆ ਰਹਿੰਦਾ ਜੇ ਆਪਾਂ ਪੱਪੂ ਬਾਰੇ ਸੋਚੀਏ ਉਹ ਕਿਵੇਂ ਆ ਤਾਈ ਉਹ ਬਦਮਾਸ਼ ਬੰਦਾ ਬਾਕੀ ਆਪਾਂ ਬੈਠ ਕੇ ਰਾਇ ਕਰ ਲੈਂਦੇ ਹਾਂ ਪਰ ਪਹਿਲਾਂ ਆਪਾਂ ਵੀਰੋਂ ਤਾਂ ਮਨਾਈਏ ਨਾ ਚੱਲ ਠੀਕ ਆ ਪਹਿਲਾਂ ਆਪਾਂ ਵੀਰੋਂ ਨੂੰ ਪੁੱਛ ਲੈਂਦੇ ਹਾਂ ਫਿਰ ਕੋਈ ਅੱਗੇ ਗੱਲ ਛੇੜਾਂਗੇ ਵਾਪਸ ਨਹੀਂ ਆਉਂਦੇ ਪੁੱਤ ਜਵਾਕ ਵੀ ਬਹੁਤ ਛੋਟੇ ਨੇ ਤੇਰੀ ਵੀ ਕਿੰਨੀ ਕੁ ਉਮਰ ਆ ਜੇ ਪੁੱਤ ਗੁਰਨਾਮ ਸਿੰਘ ਆਇਆ ਸੀ ਸਿਆਣਿਆਂ ਦੀਆਂ ਸਿਆਣੀਆਂ ਗੱਲਾਂ ਹੁੰਦੀਆਂ ਨੇ ਦੁਨੀਆਂ ਦੇਖੀ ਹੁੰਦੀ ਆ ਧੀਏ ਅਸੀਂ ਚਾਹੁੰਦੇ ਹਾਂ ਵੀ ਆਪਾਂ ਕਿਸੇ ਦਾ ਸਹਾਰਾ ਲੈ ਲਈਏ ਇਕੱਲੀ ਔਰਤ ਨੂੰ ਜ਼ਿੰਦਗੀ ਕੱਢਣੀ ਬਹੁਤ ਔਖੀ ਆ ਪੁੱਤ ਲੋਕ ਜਿਉਣ ਨਹੀਂ ਦਿੰਦੇ ਪੁੱਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਨਾਲੇ ਤੇਰੇ 'ਤੇ ਤਾਂ ਪਹਿਲਾਂ ਹੀ ਗਰੀਬੀ ਆ ਜਵਾਕ ਪਾਲਣੇ ਬਹੁਤ ਔਖੇ ਨੇ ਪੁੱਤ ਅੱਗੇ ਪੜ੍ਹਾਈ ਲਿਖਾਈ ਇਹਨਾਂ ਦਾ ਸਾਰਾ ਪਾਲਣ ਪੋਸਣ ਕਿੱਥੋਂ ਕਰੇਗੀ ਨਹੀਂ ਤਾਈ ਆਪਦੇ ਜਵਾਕ ਮੈਂ ਆਪ ਪਾਲ ਲੂੰਗੀ ਮੈਨੂੰ ਕਿਸੇ ਦੇ ਸਾਰੇ ਦੀ ਜ਼ਰੂਰਤ ਨਹੀਂ ਹੈਗੀ ਜ਼ਿੰਦਗੀ ਕੱਢਣੀ ਮਖੌਲ ਨਹੀਂ ਹੁੰਦੀ ਧੀਏ ਨਹੀਂ ਤਾਈ ਜੀ ਇਹ ਮੇਰਾ ਆਖਰੀ ਫੈਸਲਾ ਹੈ ਪੁੱਤ ਭੋਗਤੇ ਸਾਰੇ ਇਕੱਠੇ ਹੋਣਗੇ ਉਹ ਪੁੱਛਣਗੇ ਫਿਰ ਵੀ ਤੂੰ ਸੋਚ ਲਈ ਬਾਕੀ ਤੇਰੀ ਮਰਜ਼ੀ ਆ ਪੁੱਤ ਮੈਂ ਤਾਂ ਤੈਨੂੰ ਠੀਕ ਹੀ ਕਹਿ ਰਹੀ ਹਾਂ
ਆਹ ਕਿਹੜੀ ਜਾਂਦੀ ਆ ਬਾਬਾ? ਬਾਬੇ ਤੋਂ ਤਾਂ ਕੀ ਪੁੱਛ ਦੇਗਾ, ਭਰਜਾਈ ਹੈ ਤੇਰੀ ਵੀਰੋ ਬਿਨਾਂ ਡਰਾਈਵਰ ਵਾਲੀ ਗੱਡੀ। ਮੁੰਡਾ ਵਿਆਹ ਕਰਕ ਦੇ ਦੁੱਖ ਸੁੱਖ ਵਿਚਾਰੀ ਦਾ, ਭਰਜਾਈ ਆ ਤੇਰੀ, ਨਾਲੇ ਤੇਰਾ ਤਾਂ ਹੱਕ ਵੀ ਬਣਦਾ ਦਿਓਰ ਜੋ ਹੋਇਆ। ਤਾਈ ਕੀ ਬਣਿਆ? ਕਦਮ ਤਾਂ ਕਿਸੇ ਨੂੰ ਮਨਾਇਆ ਵੀ ਨਹੀਂ ਜਾਂਦਾ ਪੁੱਤ, ਹੌਲੀ ਹੌਲੀ ਵਿਚਰੂਗੀ, ਫਿਰ ਕੋਈ ਗੱਲ ਬਣੂਗੀ। ਗੱਲ ਇਹ ਵੀ ਆ ਤਾਈ ਬਈ, ਆਪਾਂ ਨੂੰ ਸੋਚਣਾ ਪੈਣਾ ਇਸ ਮਸਲੇ ਲਈ, ਹੋਰ ਵੀਰ ਉਹਦਾ ਹੈ ਵੀ ਕੌਣ, ਨਾ ਪੇਕੇ ਨਾ ਸਹੁਰੇ, ਮੈਨੂੰ ਤਾਂ ਜਵਾਕਾਂ ਵੱਲ ਵੇਖ ਵੇਖ ਤਰਸ ਆਈ ਜਾਂਦਾ, ਪਤਾ ਨਹੀਂ ਕੀ ਬਣੂ ਇਹਨਾਂ ਦਾ। ਹੁਣ ਆਪਾਂ ਵੀ ਓਨਾ ਕੀ ਕਰ ਸਕਦੇ ਤਾਈ, ਜਿੰਨਾ ਜੱਗ ਪਾਉਂਦਾ ਜ਼ਿਆਦਾ ਕਰਾਂਗੇ ਤਾਂ ਲੋਕ ਉੱਠੀਆਂ ਸਿੱਧੀਆਂ ਗੱਲਾਂ ਕਰਦੇ ਆ, ਤਾਂ ਹੀ ਤਾਂ ਕਹਿੰਦਾ ਸੀ ਜੇ ਇਹਦਾ ਘਰ ਵਸ ਜਾਂਦਾ। ਗੱਲ ਤਾਂ ਤੇਰੀ ਠੀਕ ਹੈ ਗੁਰਨਾਮ ਸਿੰਘ, ਪਰ ਆਪਾਂ ਵੀ ਕੀ ਕਰ ਸਕਦੇ ਆ। ਤਾਕੜੀਆਂ ਭਰਜਾਈ, ਮੈਂ ਕਿਹਾ ਜਵਾਕਾਂ ਕੋ ਗੇੜਾ ਮਾਰਿਆ ਵਾ, ਉਧਰੇ ਪਏ ਹੋਣਗੇ। ਲੈ ਪੁੱਤ ਟੌਫੀਆਂ ਲਿਆਇਆ, ਲੈ ਓ ਜੱਗੀ ਤੂੰ ਵੀ ਲੈ ਲਾ। ਭਰਜਾਈ ਕੋਈ ਕੰਮ ਹੁੰਦਾ ਦੱਸ ਦਿਆ ਕਰ, ਆਖਰ ਨੂੰ ਨਛੱਤਰ ਮੇਰਾ ਭਰਾ ਹੀ ਸੀ। ਚੱਲ ਚੰਗਾ ਚੱਲਦਾ ਮੈਂ। ਅੱਜ ਇਹਨੂੰ ਘਰ ਦੱਸ ਗਿਆ, ਉਹਦੇ ਜਿਉਂਦੇ ਜੀ ਤਾਂ ਕਦੇ ਕਿਸੇ ਨੇ ਪੁੱਛਿਆ ਨੀ। ਲਿਆ ਪੁੱਤ ਫੜਾਇਆ ਦੀਆਂ ਟੌਫੀਆਂ, ਆਪਾਂ ਨੀ ਖਾਣੀਆਂ, ਤੁਸੀਂ ਹੱਟੀਓ ਨੀ ਆਇਓ ਹੋਰ, ਜਾ ਪੁੱਤ ਤੂੰ ਖੇਡ ਲੈ ਜਾ ਕੇ। ਵੀਰੋ ਪੁੱਤ ਟਾਈਮ ਨਾਲ ਜਿੰਦਾ ਕੁੰਡਾ ਲਾ ਕੇ ਪੈ ਜਾ ਕਰ, ਵਿਹੜਾ ਬਹੁਤ ਮਾੜਾ ਗਾ, ਨਹੀਂ ਤਾਂ ਮੈਂ ਪੈ ਜਾ ਕਰਾਂ ਤੇਰੇ ਕੋਲ। ਮੇਰਾ ਵੀ ਤੈਨੂੰ ਪਤਾ ਬੁੱਢਾ ਸਰੀਰ ਹੈ, ਹੱਡ ਗੋਡੇ ਕੰਮ ਨਹੀਂ ਕਰਦੇ, ਨਾਲੇ ਮੈਥੋਂ ਬਗੈਰ ਮੇਰਾ ਪੋਤਾ ਨਹੀਂ ਪੈਂਦਾ, ਅੱਜ ਕੱਲ੍ਹ ਦੇ ਜਵਾਕਾਂ ਦਾ ਸਰੇ ਹੀ ਪਿਆ ਪੁੱਤ। ਕੋਈ ਨਾ ਤਾਈ ਜੀ, ਬਥੇਰਾ ਔਖਾ ਟਾਈਮ ਕਢਾਤਾ ਤੁਸੀਂ ਮੇਰਾ, ਹੋਰ ਕਿੰਨਾ ਕੁ ਚਿਰ ਮੇਰੇ ਪਿੱਛੇ ਤੰਗ ਹੁੰਦੇ ਰਹੋਗੇ। ਹੋਰ ਪੁੱਤ ਮੈਨੂੰ ਤਾਂ ਨਜ਼ਲਾ ਵੀ ਛੇਤੀ ਹੋ ਜਾਂਦਾ ਗਾ, ਫਿਰ ਹੁਣ ਤੁਸੀਂ ਪੈ ਜਾਓ ਤੇ ਮੈਂ ਵੀ ਚੱਲਦੀ ਹਾਂ, ਟਾਈਮ ਨਾਲ ਹਨੇਰਾ ਹੋ ਹੀ ਜਾਂਦਾ। ਤੁਸੀਂ ਕਿਉਂ ਉੱਠ ਕੇ ਬਹਿ ਗਏ ਪੁੱਤ? ਮੰਮੀ ਮੰਮੀ ਅੱਜ ਤਾਈ ਸਾਡੇ ਕੋਲ ਨਹੀਂ ਪੈਂਦੀ। ਨਹੀਂ ਪੁੱਤ, ਤਾਈ ਦਾ ਵੀ ਆਪਦਾ ਪਰਿਵਾਰ ਹੈ, ਨਾਲੇ ਕਿੰਨਾ ਕੁ ਚਿਰ ਆਪਣੇ ਕੋਲ ਪੈਂਦੇ ਰਹਿਣਗੇ, ਇਹ ਆਪਣਾ ਘਰ ਆ ਪੁੱਤ, ਇੱਥੇ ਆਪਾਂ ਨੂੰ ਹੀ ਪੈਣਾ ਪੈਣਾ। ਲੋਕ ਤਾਂ ਕੁਛ ਟਾਈਮ ਲਈ ਆਉਂਦੇ ਹੁੰਦੇ ਫਿਰ ਚਲੇ ਜਾਂਦੇ ਆ। ਮੰਮੀ ਫੇਰ ਆਪਾਂ ਨੂੰ ਡਰ ਲੱਗੂ, ਆਪਾਂ ਹੁਣ ਕੱਲੇ ਰਹਿ ਗਏ, ਪਾਪਾ ਵੀ ਹੈ ਨੀ। ਉਹ ਤਾਂ ਮਰ ਕੇ ਉਹ ਨਹੀਂ ਹੁੰਦੇ ਹੁਣ। ਨਹੀਂ ਪੁੱਤ, ਏਦਾਂ ਨੀ ਕਹਿੰਦੇ ਹੁੰਦੇ, ਉਹ ਆਪਣੇ ਨਾਲ ਹੀ ਨੇ ਤੇ ਹਮੇਸ਼ਾ ਨਾਲ ਹੀ ਰਹਿਣਗੇ। ਮੈਨੂੰ ਤਾਂ ਦੀਦੇ ਨੀ ਕੀਤੇ। ਉਹ ਦੇਖ ਪਾਪਾ ਸਾਨੂੰ ਦੇਖ ਰਹੇ ਨੇ। ਹਾਂ ਪੁੱਤ, ਉਹ ਆਪਾਂ ਨੂੰ ਦੇਖ ਰਹੇ ਨੇ, ਪੈ ਜਾਓ ਹੁਣ ਤੁਸੀਂ। Thank you.
ਧਿਆਨ ਨਾਲ ਲਿਖੋ। ਸਤਿ ਸ਼੍ਰੀ ਅਕਾਲ ਭਾਵੇ ਸਾਹਿਬ। ਭਾਵੇ ਗੁੱਸਾ ਨਾ ਕਰੀ, ਮੈਨੂੰ ਬਾਈ ਮਰੇ ਦਾ ਬਹੁਤ ਦੁੱਖ ਹੈ, ਬਸ ਥੋੜੀ ਜਿਹੀ ਬੀਤੀ ਆ, ਥੋੜੀ ਜਿਹੀ। ਵੇ ਜੱਗੀ ਜਾ ਪੁੱਤ, ਦਰਵਾਜ਼ਾ ਬੰਦ ਕਰਕੇ ਆ, ਕੁੱਤੇ ਬਿੱਲੇ ਅੰਦਰ ਵੜੇ ਆਉਂਦੇ ਆ। ਗੱਲ ਸੁਣ, ਮੈਨੂੰ ਸੌਂ ਲੱਗਿਆ ਭਾਬੀ, ਮੈਨੂੰ ਬਾਈ ਮਰੇ ਦਾ ਬਹੁਤ ਦੁੱਖ ਹੈ, ਮੇਰੇ ਨਾਲ ਖੇਡਦਾ ਰਿਹਾ, ਅਸੀਂ ਇਕੱਠੇ ਪੜ੍ਹਦੇ ਰਹੇ ਪੰਜਵੀਂ ਤੱਕ। ਭਾਬੀ ਜੇ ਕੋਈ ਤੰਗ ਫੰਗ ਕਰੇ ਨਾ ਦੱਸ ਦੀ, ਪਾ ਗੋਲੀ ਮਾਰ ਦਾਂਗੇ ਸਲ ਤੇ ਗੋਲੀ। ਸਲ ਚੰਗਾ ਭਾਬੀ, ਮੈਂ ਚੱਲਦਾ, ਸਤਿ ਸ਼੍ਰੀ ਅਕਾਲ। ਹੇ ਮੇਰਿਆ ਮਾਲਕਾ, ਹੁਣ ਇਹ ਆਈ ਆਇਆ ਕਰਨਗੇ। ਸੱਚ ਕਿਹਾ ਸਿਆਣਿਆਂ ਨੇ, ਔਰਤ ਦੀ ਜ਼ਿੰਦਗੀ ਬੰਦੇ ਨਾਲ ਹੀ ਹੁੰਦੀ ਹੈ, ਨਹੀਂ ਤਾਂ ਘਰੇ ਕੁੱਤੇ ਬਿੱਲੇ ਹੀ ਵੜਦੇ ਰਹਿੰਦੇ ਨੇ। ਮੰਮੀ ਆ ਚਾਚਾ ਕੀ ਕਹਿੰਦਾ ਸੀ? ਕੁਛ ਨੀ ਪੁੱਤ, ਐਵੇਂ ਦਾਰੂ ਪੀ ਕੇ ਪਕਾਈ ਮਾਰਨ ਆਇਆ ਸੀ। ਪੁੱਤ ਆਪਾਂ ਨਾ ਖੇਤੋਂ ਪੱਠੇ ਵੱਢ ਕੇ ਲਿਆਈਏ, ਤਾਈ ਕਾ ਸੀਰੀ ਤਾਂ ਜਵਾਬ ਦੇ ਗਿਆ, ਨਾਲੇ ਲੋਕ ਕਿੰਨਾ ਕੁ ਚਿਰ ਆਪਣਾ ਕੰਮ ਕਰਕੇ ਜਾਣਗੇ, ਇਹ ਤਾਂ ਆਪਾਂ ਨੂੰ ਆਪ ਨੂੰ ਹੀ ਕਰਨੇ ਪੈਣੇ ਆ। ਕੌਣਾ? ਮੈਨੂੰ ਲੱਗਦਾ ਵੀਰੋ ਅੱਜ ਆਪ ਪੱਠੇ ਵੱਢਣ ਆਈ ਆ, ਭਲਾ ਛਿੰਦੂ ਤਾਈ ਕਾ ਸਿਰੀ ਨੀ ਲੈ ਕੇ ਜਾਂਦਾ ਪੱਠੇ ਰੇੜੀ ਤੇ? ਪਹਿਲਾਂ ਤਾਂ ਉਹੀ ਲੈ ਕੇ ਜਾਂਦਾ ਹੁੰਦਾ ਦੇਖਿਆ, ਹੁਣ ਕਿਤੇ ਜਵਾਬ ਨਾ ਦੇਤਾ ਹੋਵੇ। ਚੱਲ ਮੈਂ ਪੁੱਛਦਾ। ਠੀਕ ਆ। ਭਾਈ ਭੀਰੋ ਆਪਣਾ ਸਿਰੀ ਆਉਂਦਾ ਰਹਿੰਦਾ ਖੇਤ, ਸੁਨੇਹਾ ਭੇਜ ਦਿੰਦੀ ਆਪੇ ਪੱਠੇ ਸੁੱਟ ਦਿੰਦਾ। ਪੰਮੀ ਪੁੱਤ ਸਤਿ ਸ਼੍ਰੀ ਅਕਾਲ ਬੁਲਾਓ ਤਾਇਆ ਜੀ ਨੂੰ। ਤਾਇਆ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲੈ ਭਾਈ ਤੂੰ ਜਵਾਕ ਨੂੰ ਲੈ ਕੇ ਘਰ ਨੂੰ ਜਾ, ਜਿੰਨਾ ਚਿਰ ਮੈਂ ਜੇ ਆਉਣਾ ਤੂੰ ਪੱਠੇ ਵੱਢਣ ਨਹੀਂ ਆਉਣਾ, ਪੱਠੇ ਤੇਰੇ ਘਰ ਪਹੁੰਚਿਆ ਕਰਨਗੇ। ਠੀਕ ਹੈ ਬਾਈ ਜੀ, ਚੱਲ ਪੁੱਤ। ਮੇਰਾ ਪੁੱਤ ਤਾਂ ਰੋਟੀਆਂ ਲਾਈ ਜਾਂਦਾ, ਮੇਰੇ ਜਵਾਕ ਮੇਰਾ ਦੁੱਖ ਵੰਡਾਉਣਗੇ,
ਮੰਮੀ ਤੁਸੀਂ ਕੋਈ ਹੋਰ ਕੰਮ ਕਰ ਲਓ, ਮੈਂ ਰੋਟੀਆਂ ਪਕਾ ਲੂੰਗੀ। ਲੈ ਦੱਸ, ਪਹਿਲਾਂ ਤੂੰ ਵੱਡੀ ਦਾ ਹੋ ਜਾ, ਫਿਰ ਸਿੱਖ ਲਈ ਰੋਟੀਆਂ ਬਣਾਉਣੀਆਂ। ਮੰਮੀ ਬਣ ਕੇ ਇੱਕ ਪਕਾ ਲੈਣ ਦੋ ਨਾ ਛੋਟੀ ਜੀ। ਆਏ ਨੀ ਮੇਰਾ ਪੁੱਤ। मैं गुरनाम से ओनू बुला लूंगी, जोर जबरदस्ती नाल घरे वड़ रहे हैं। हां दस हो जाई, तू एवे डरी जाने। मैं तेनु की कह, मैं ता आ देख, मैं ता तेरे लिए सूट लेके आया। तू किते मेरे तो खौसड़े ना खाली, वड्डा आया सूट दा, जा दफा हो जाए इथों। फिर जाई सनाली दा बंदे बिना नहीं जरदा हुंदा। कौन सी मम्मी, चोर सी? नहीं पुत, कुत्ता बिल्ला सी। पै जाओ तुसी। सवेरे मैं गुरनाम से उन्हें दसदी ऐ तो यह रोज आऊगा, एदा की है छड़े मलंग दा, बेइज्जती मेरी हो, लोग सौ सौ गल्लां बनाउणगे मेरे बारे। आखे जैबा बीरो दे घरे वड़ गया। मम्मी जदों फिर तो बिल्ला आया ना, ते उपर ना खोचना तत्ता करके गेर दी। आहो पुत, हुण आपां ऐ ही करांगे, सौ जाओ तुसी। जवाक नी खेड़ा छड़ दे। मैं ख्या भीरो आखूगी, ताई ने गेड़ा ही नी मारिया, मसा निकल के आई आ घरों। आहो ताई, सही गल आ, घर दे काम भी तो करने हुए, नाले जवाक भी सामभने हुए। हां पुत, सारे काम करने पेंदे ने, पर मैं तेरे कोल भी गेड़ा मारना ही सी। हम
ਹੱਥ ਦਰਸ਼ਾਵਿਆ ਨੱਥ ਦਰਸ਼ਾਵਿਆ ਚਲਿਆ ਜੇ ਇਥੋਂ, ਨੀ ਮੈਂ ਗੁਰਨਾਮ ਸਿੰਘ ਨੂੰ ਬੁਲਾ ਲੈਣਾ। ਭਰਜਾਈ, ਗੁੱਸਾ ਕਿਉਂ ਕਰਦੀ ਆ? ਤੇਰੇ ਨਾਲ ਇੱਕ ਗੱਲ ਹੀ ਕਰਨੀ ਆ। ਤੂੰ ਭਲੀ ਪੱਤ ਨਾਲ ਚਲਿਆ ਜੇ ਇਥੋਂ, ਮੈਂ ਕੋਈ ਗੱਲ ਨੀ ਕਰਨੀ ਤੇਰੇ ਨਾਲ। ठीक है जेबी, तू जो करना है कर ली, बस एक मिनट रुक जा। ਖਰਚਣਾ ਹੈ ਮੈਂ ਤਾਂ ਕਹਿਣਾ ਇਹਦਾ ਮੂੰਹ ਕਾਲਾ ਕਰਕੇ ਪਿੰਡ ਚ ਗੇੜਾ ਦਵਾਈਏ ਤਾਂ ਇਹ ਲੋਟ ਆਊ। ਗਲਤਾਂ ਦੇਵ ਤੇਰੀ ਠੀਕ ਆ, ਇਹ ਇਉਂ ਹੀ ਲੋਟ ਆਊ। ਕੀ ਦੱਸਾਂ ਤਾਈ, ਹੱਥ ਬਹੁਤ ਤੰਗ ਆ। ਤੂੰ ਦੱਸ ਕੀ ਕਰਾਂ, ਜ਼ਮੀਨ ਦੇ ਠੇਕੇ ਨਾਲ ਕੀ ਬਣਦਾ? ਸੁੱਖ ਨਾਲ ਜਵਾਕ ਵੀ ਵੱਡੇ ਹੋ ਰਹੇ ਨੇ, ਉਹਨਾਂ ਦੀ ਪੜ੍ਹਾਈ ਦਾ ਖਰਚਾ ਅਤੇ ਹੋਰ ਕਬੀਲਦਾਰੀ ਦੇ ਖਰਚੇ। ਮੈਂ ਤੈਨੂੰ ਹੁਣ ਕੀ ਦੱਸਾਂ ਧੀਏ, ਤੈਨੂੰ ਆਖਿਆ ਸੀ ਵੀ ਕਿਸੇ ਨੂੰ ਸਿਰ ਧਰ ਲਾ, ਆਪੀ ਤੈਨੂੰ ਕਮਾ ਕੇ ਖਵਾਉਂਦਾ, ਆਪੀ ਕਬੀਲਦਾਰੀ ਚਲਾਉਂਦਾ। ਨਾ ਤਾਈ, ਮੈਂ ਗਰੀਬੀ ਝੱਲ ਲੂੰ ਪਰ ਆਹ ਕੰਮ ਨਹੀਂ ਕਰਨਾ ਜ਼ਿੰਦਗੀ ਭਰ। ਤੈਨੂੰ ਕੀ ਪਤਾ ਇਹਨਾਂ ਗੱਲਾਂ ਦਾ ਕੀ ਦੁੱਖ ਹੁੰਦਾ।
मैनू लगदा कुड़े तू गहरा दुख लई बैठी है ढिड च। आहो ताई, मेरी मां भी परी जवानी च विधवा हो गई सी। रिश्तेदारा ने कह कहा के मेरे ताए सर धरती जेड़ा छड़ा सी पर वो रोज शराब पी के आउंदा ते साड़े सामने साड़ी मां नू पशुआं वांग चिंबण जांदा। हे वाहे गुरु। ते मेरी मां बेचारी ओदे जुल्म सहंदी रहंदी ते मैं ते मेरा भरा लुक लुक के रोंदे रहंदे। इन्ना दुख लई फिरदी आ धीए दिल च। हे मेरे मालका बचाई इन्हां हालातां तों। कोई ना पुत हौसला रख, रब भली करूगा। ओदे घर देर आ हनेर नी। मम्मी मम्मी रिजल्ट सी, मेरे 92% नंबर आया। मैं बड़ी खुशी खुशी नाल तेनु स्कूलों दसन आ रही सी, पर चाचे के घर तेनु भांडे मांजदे होया देख मेरा रोना निकल गया। ले है कमली, मेहनत मजदूरी करन दा कोई डर हुंदा? पुत अपा काम करदे हैं, पैसे लैने अगले तो। मम्मी मैं अपनी सारी गरीबी दूर कर देनी आ। मैं तेनू शरीकां दे घर भांडे नहीं मांजण देने। मैं तेनू राणियां वांग रखना, राणियां। ज्योंदी रहती है, ज्योंदी रह। शाबाश है तेरे जिने आपदी मां दा दर्द दिल विच रखिया। मम्मी जग्गी वीरे नू मुंडा छड्डन आया। एने ता मरना एक दिन, नाले मैनू मारू। नेत दा काम हो गया एदा। जग्गी वीरे, वीरे उठ, चाह पी ला। अला चाह पी ला। वीरे वीरे अपन नु घर दी कबीलदारी समझनी चाहिदी आ।
ਪੰਮੀ 50 ਰੁਪਏ ਹੈਗੇ ਤੇਰੇ ਕੋਲ? ਵੀਰੇ ਮੇਰੇ ਕੋਲ ਕਿੱਥੇ 50 ਰੁਪਏ ਹੋਣੇ ਆ। ਲੈ ਮੰਮੀ। ਮੰਮੀ ਮੈਂ ਇੱਕ ਗੱਲ ਕਹਾਂ। ਹਾਂ ਪੁੱਤ। ਮੰਮੀ ਮੇਰੇ ਨਾਲ ਦੀਆਂ ਸਾਰੀਆਂ ਕੁੜੀਆਂ ਅੱਗੇ ਦਾਖਲਾ ਲੈ ਰਹੀਆਂ ਨੇ, ਮੈਂ ਵੀ ਅੱਗੇ ਪੜ੍ਹਨਾ ਚਾਹੁੰਦੀ ਹਾਂ। ਕੀ ਪੜ੍ਹਨਾ ਪੁੱਤ, ਪੜ੍ਹ ਲੈ। ਮੰਮੀ ਮੈਂ ਆਇਲਸ ਕਰਨ ਬਾਰੇ ਸੋਚਿਆ। ਪਰ ਉਸ 'ਤੇ ਤਾਂ ਪੈਸੇ ਹੀ ਬਹੁਤ ਲੱਗ ਜਾਣੇ ਆ ਪੁੱਤ, ਆਪਾਂ ਇੰਨੇ ਪੈਸੇ ਕਿੱਥੋਂ ਭਰਾਂਗੇ? ਮੰਮੀ ਮੇਰਾ ਦਿਲ ਕਰਦਾ ਵੀ ਮੈਂ ਆਇਲਸ ਕਰਕੇ ਬਾਹਰ ਚਲੀ ਜਾਵਾਂ ਤੇ ਤੈਨੂੰ ਇਹ ਸਾਰੇ ਕੰਮਾਂ ਤੋਂ ਫ੍ਰੀ ਕਰ ਦੇਵਾਂ। ਕੀ ਗੱਲ ਪੰਮੀ ਪੁੱਤ, ਬੜਾ ਉਦਾਸ ਨਜ਼ਰ ਆ ਰਹੇ ਹੈ। ਨਹੀਂ ਸਰ, ਕੁਛ ਨਹੀਂ। ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਤੇਰੇ ਇੰਨੇ ਅੱਛੇ ਨੰਬਰ ਆਏ ਨੇ। ਅੱਗੇ ਬਾਰੇ ਕੀ ਸੋਚਿਆ ਹੁਣ ਤੂੰ, ਅੱਗੇ ਦਾਖਲਾ ਲਿਆ? ਨਹੀਂ ਸਰ। ਨਹੀਂ, ਫਿਰ ਅੱਗੇ ਕੀ ਕਰਨਾ? ਸਰ ਸੋਚਿਆ ਤਾਂ ਵੈਸੇ ਆਇਲਸ ਕਰਨ ਦਾ ਸੀ। ਇਹ ਵੀ ਵਧੀਆ ਗੱਲ ਹੈ, ਕਿਉਂਕਿ ਅੱਜ ਕੱਲ ਮੁੰਡੇ ਕੁੜੀਆਂ ਆਇਲਟਸ ਕਰਕੇ ਕੈਨੇਡਾ ਆਸਟ੍ਰੇਲੀਆ ਜਾ ਰਹੇ ਨੇ ਅੱਗੇ ਪੜ੍ਹਨ ਦੇ ਲਈ। ਸਤਿ ਸ੍ਰੀ ਅਕਾਲ। ਪਰ ਸਰ ਡਰ ਲੱਗਦਾ। ਡਰ ਕਿਸ ਗੱਲ ਦਾ ਪੁੱਤਰ, ਮਿਹਨਤ ਕਰਨ ਵਾਲਿਆਂ ਨੂੰ ਕਿਸੇ ਤੋਂ ਡਰਨਾ ਨਹੀਂ ਚਾਹੀਦਾ। ਮੈਂ ਸੋਚਿਆ ਵੀ ਜੇ ਘਰ ਦੇ ਪੈਸੇ ਲਾ ਦੇਣਗੇ ਤੇ ਮੇਰੇ ਤੋਂ ਪੂਰਾ ਨਾ ਉਤਰਿਆ ਗਿਆ, ਫਿਰ ਦੁਬਾਰਾ ਚਾਂਸ ਨਹੀਂ ਮਿਲਣਾ। ਸਰ ਤੂੰ ਗਲਤ ਸੋਚ ਰਹੀ ਹੈ। ਦੇਖ ਪੰਮੀ ਪੁੱਤਰ, ਜੇ ਮੈਂ ਆਪਣਾ ਸਭ ਕੁਛ ਵੇਚ ਕੇ ਤੇਰੇ ਉੱਪਰ ਲਾਉਣਾ ਹੋਵੇ ਤਾਂ ਮੈਨੂੰ ਕਿਸੇ ਗੱਲੋਂ ਡਰ ਨਹੀਂ ਲੱਗਣਾ, ਕਿਉਂਕਿ ਮੈਨੂੰ ਤੇਰੇ ਅਤੇ ਤੇਰੀ ਕਾਬਲੀਅਤ ਉੱਤੇ ਤੇਰੇ ਨਾਲੋਂ ਵੀ ਵੱਧ ਭਰੋਸਾ ਹੈ। ਤੂੰ ਜਿਹੜੇ ਵੀ ਕੰਮ ਨੂੰ ਹੱਥ ਪਾਏਗੀ ਉਹਨੂੰ ਸਿਰੇ ਚੜਾ ਕੇ ਹਟੇਗੀ, ਇਹ ਤੇਰੀ ਮਿਹਨਤ ਦੱਸਦੀ ਹੈ। ਕਿਸੇ ਨੇ ਕਿੰਨਾ ਸੋਹਣਾ ਲਿਖਿਆ, ਬੇਸ਼ੁਕਰੇ ਹੀ ਸ਼ਿਕਵਾ ਕਰਨ ਮੁਕੱਦਰ ਨਾਲ, ਉੱਗਣ ਵਾਲੇ ਉੱਗ ਹੀ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਪੁੱਤ ਰੋਟੀ ਖਾ ਲਾ। ਮੈਂ ਨਹੀਂ ਖਾਣੀ। ਗੱਲ ਨੂੰ ਸਮਝੀਦਾ ਹੁੰਦਾ, ਪਾਗਲਪਨ ਨਹੀਂ ਕਰੀਦਾ ਹੁੰਦਾ। ਚੱਲ ਠੀਕ ਹੈ, ਜੋ ਕਰਨਾ ਕਰ ਲਾ, ਪਰ ਤੈਨੂੰ ਪਤਾ ਹੈ ਧੀਏ ਆਪਣੇ ਕੋਲ ਕੀ ਹੈ। ਹੁਣ ਤੂੰ ਹੀ ਦੱਸ ਮੈਂ ਇੰਨੇ ਪੈਸੇ ਕਿੱਥੋਂ ਲਿਆਵਾਂ ਤੇਰੇ ਲਈ। ਕੋਈ ਨਹੀਂ ਮੰਮਾ, ਆਪਾਂ ਜ਼ਮੀਨ ਛੜਾ ਲਵਾਂਗੇ, ਤੂੰ ਜ਼ਮੀਨ ਧਰ ਦੇ ਗਹਿਣੇ। ਆਹੋ ਖੇਡ ਆ, 10-15 ਲੱਖ ਰੁਪਈਏ ਚਾਹੀਦੇ ਨੇ। ਫੇਰ ਕੀ ਆ ਮੰਮੀ, ਆਪਾਂ ਕੰਮ ਕਰਾਂਗੇ, ਮੈਂ ਵੀ ਤੇਰੇ ਨਾਲ ਕੰਮ ਤੇ ਜਾਇਆ ਕਰੂੰ। ਇੱਕ ਗੱਲ ਕਹਾਂ ਮੰਮੀ, ਜੇ ਆਪਾਂ ਮਾਮੇ ਨਾਲ ਗੱਲ ਕਰ ਲਈਏ ਉਹ ਆਪਣੀ ਮਦਦ ਜ਼ਰੂਰ ਕਰਨਗੇ। ਚੱਲ ਠੀਕ ਹੈ, ਮੈਂ ਕੱਲ੍ਹ ਨੂੰ ਜਾਊਂ। ਚੱਲ ਹੁਣ ਰੋਟੀ ਖਾ ਲਾ ਚੱਲ ਕੇ। ਠੀਕ ਆ। ਹਾਂ ਮੰਮੀ, ਕੀ ਕਹਿੰਦਾ ਮਾਮਾ? ਕਮਲਿਆ ਪੁੱਤਾਂ ਇਹੋ ਜਿਹੀਆਂ ਗੱਲਾਂ ਇੱਥੇ ਨਹੀਂ ਕਰਦੇ ਹੁੰਦੇ, ਘਰ ਚੱਲ। ਚੱਲ ਤੁਰ ਫਿਰ ਛੇਤੀ।
मम्मी छेती दस, फिर मैं तेरे लिए चाह बनानी आ। पुत रो ही तुरदिया, आपदे जख्मां ते आप ही पट्टी बननी पैंदी है। तेरा मामा कहिंदा साडे कोल किथे है इन्ने पैसे, साडियां तां आपदियां नी कबीलदारियां लोट आउंदियां। उल्टा कहिंदा इन्हां पंगियां च ना पाओ, आ जिहड़ी चार मण दाणे आउण जोगी जमीन है ओह वी ना किते हत्थों गवा लिओ। पर मम्मी, मामा जी नूं थोड़ी बहुत मदद तां करनी चाहीदी सी। पुत पेके तां मापिआं नाल ही हुंदे आ, मापे तुर गए भरा भरजाई ते कादा जोर। सच्चिकार पुत्र। पम्मी पुत्र, की होया तेरे आइलेट्स दा? हां जी सर, करनी ता है पर हजे थोड़ा रुक के करांगी। वाह जी वाह, रुक के क्यों? हुणे करनी है, कल ही सारी फीस भरनी है। पर सर, मम्मी कहंदे सी कि हजे हाथ थोड़ा टाइट आ। ओ हाथ पुत्र तेरी मम्मी दा टाइट है, मेरा नहीं। मैं भरूंगा तेरी सारी फीस। पर सर, तुसी तुसी क्यों जी? पम्मी पुत्र, असी कुछ दोस्तों ने मिलकर एक संस्था बनाई हुई है जो लोड़वंद ते होशियार विद्यार्थियों की आर्थिक तौर पर मदद करती है। मैं उदी लिस्ट विच तेरा नाम पवाया सी, तेरा नाम सिलेक्ट हो गया। हुण तैनू पूरी फीस की कोई परवाह करने की जरूरत नहीं हैगी। वीर जी, थोड़ा बहुत बहुत धन्यवाद जो तुसी इस निमाणी जी धी ते कृपा कीती। तुसी भोरा फिक्र ना करो भैन जी, और ना ही इहदे विच कोई धन्नवाद वाली गल है। पम्मी एक होनहार बच्ची है, इहदी मदद करके मैनू ते मेरी संस्था नूं बहुत खुशी होवेगी। धन्नवाद सर। इट्स ओके बेटा। हाँ जी सर, होगी एडमिशन। बहुत बढ़िया पुत्र, हुण दब के पढ़ी फिर। हाँ जी सर। शाबाश। अड़ी अम्मी किधर नू? लै तेनू नहीं पता, आइलेट्स करन लग गई अगली। लै लागी आई लैट्स करन, रोटी तां इन्हां दे घरे मसां पकदी आ। ओ कुछ नहीं यार, घरे ना कम करदियां मारियां पढ़ाई दा बहाना ला के बाहर दुरियां फिरदियां नजारे लैण नूं। सही गल आ। खा जा पम्मी, आपां बर्गर खांदे आ। नहीं तू खा, मैं लेट हो रही हां, नाले मेरी बस भी आउण वाली आ। ओ किधरे नहीं, तेरी बस निकलदी, आ जा। चल दस केड़ा बर्गर खाना वा। नहीं मीत, तू बर्गर खा, मैं तो अपना टिफिन लेके आई हूँ, करो। तू रोटी भी लेनी है? ले दिखा। नहीं मीत, रोटी ही आ। दिखा ता की लेके आई। नहीं दिखा ता सही। भाई ले आए मार, आज जाऊ स्वाद।
ਉਹ ਸਾਲਿਓ ਭੈਣ ਆ ਮੇਰੀ। ਸਾਂਭੋ ਇਹਨੂੰ, ਅੱਜ ਦਾ ਮਸਾਂ ਪੈਸੇ ਵਸੂਲਣ ਦਾ ਟਾਈਮ ਆਇਆ। तो बहुत बड़ी भुल हो गई मम्मी, मैं गलत संगत में रल गया सी, पर हुण मेरी अणख जाग चुकी है। मैं अज तो बाद कदे किसी भी नशे नूं हाथ नहीं लाऊंगा। जगी पुत घर आई आओ। हां जी बाई जी, आ जाओ। जो होया बहुत गलत होया भाई भीरो, एक दिन पहला भी मैं तेनू समझा के गया सी, मम्मी साड़ी इज्जत आ, मैनू भी लोग बहुत कुछ कहिंदे ने, पर अपना पर्दा आप गजना पैंदा। आ मेरी जान पछाण जे एक मुंडा, तीन कीले आउंदे आ, वधिया घर बार आ, तू कुड़ी नू ब्याह के तोर भाई, जो खर्चा हो मैं कर दूं, बाकी तेरी मर्जी। देख ले पम्मी पुत, तेरा ताया भी कह गया, एनू भी लोग बहुत कुछ कहंदे होंगे। पर मम्मी इस च मेरा की कसूर आ, मैं तो अपने सेंटर जानी हाँ आनी हाँ, चाहे तुसी मेरी क्लास च जाके पुछ लो मैं किद्दां दी हाँ। पम्मी पुत मैनू पता है तेरे च रत्ती भर खोट नी, पर आ लोकां दा की करिए। तैयार नहीं हुई कुड़ी, सेंटर नहीं जाना जा? किते नहीं जाना है ने, तू काम कर, उजड़े नहीं आज। मैनू माफ कर दे मम्मी, मैनू माफ कर दे, मैनू पता ही नहीं लग्या मैं कदों गलत संग च पै के नशियां दा आदी बन गया, पर मैनू कद सोझी आई है कि नशे नालों घर दी इज्जत वड्डी हुंदी है। हुण मैं काम करिया करांगा, पर रब दे वास्ते पम्मी दा भविख खराब ना कर, इहनू अपना कैरियर बना लैण दे। बाकी रही लोगों की गल, एक कदे किसी की तरक्की तो खुश नहीं होंगे, तू लोगों की परवाह ना कर, मैं पम्मी नूं सेंटर छड्डन ते लैण जाया करांगा। मम्मी सानू पता तुसी सानू किन्नियां औखां नाल पालिया, ते असी तुहाडा सिर कदे भी नीवा नहीं होण देवांगे। ਗ੍ਰੈਜੂਏਸ਼ਨ ਪਰਮਜੀਤ, ਤੁਹਾਡਾ ਵੀਜ਼ਾ ਆ ਗਿਆ। ਕਿਉਂ ਜੀ,
ਤੁਹਾਨੂੰ ਪਤਾ ਲੱਗਿਆ ਕਿਸੇ ਗੱਲ ਦਾ? ਕਿਹੜੀ ਗੱਲ ਦਾ? ਵੀਰੋ ਦੀ ਕੁੜੀ ਦਾ ਵੀਜ਼ਾ ਲੱਗ ਗਿਆ। ਅੱਛਾ, ਇਹ ਤਾਂ ਬੜੀ ਸੋਹਣੀ ਗੱਲ ਹੋ ਗਈ। ਚੱਲ ਵਿਚਾਰੀ ਵੀਰੋ ਭੈਣ ਦੇ ਵੀ ਹੁਣ ਗਰੀਬੀ ਚੱਕੀ ਜਾਊਗੀ। ਬਥੇਰੇ ਦੁੱਖ ਦੇਖਿਆ ਵਿਚਾਰੀ ਨੇ ਜਵਾਨੀ ਪੈਰੇ। ਮੈਂ ਕਹਿੰਦੀ ਸੀ ਕੱਲ੍ਹ ਨੂੰ ਭੋਲੇ ਨੂੰ ਅਸੀਂ ਵੀ ਬਾਹਰ ਭੇਜਾਂਗੇ। ਉੱਥੇ ਕੋਈ ਰਿਸ਼ਤੇਦਾਰ ਹੋਵੇ ਤਾਂ ਸੌਖਾ ਹੋ ਜਾਂਦਾ ਹੈ, ਸੰਭਾਲਣ ਵਾਲਾ ਵੀ ਤਾਂ ਹੋਣਾ ਚਾਹੀਦਾ ਕੋਈ ਪਰਦੇਸਾਂ 'ਚ। ਕਿਉਂ ਨਾ ਅੱਜ ਆਪਾਂ ਵੀਰੋ ਭੈਣ ਕੋਲ ਜਾ ਕੇ ਆਈਏ, ਨਾਲੇ ਪੰਮੀ ਨੂੰ ਕੁਛ ਸਮਾਨ ਅਤੇ ਸ਼ਗਨ ਵੀ ਦੇ ਆਵਾਂਗੇ। ਕਿਉਂ? ਮੈਂ ਤੈਨੂੰ ਉਦੋਂ ਕਿਹਾ ਸੀ ਜਦੋਂ ਵੀਰੋ ਭੈਣ ਆਪਣੇ ਤੋਂ ਪੈਸੇ ਮੰਗਣ ਆਈ ਸੀ ਵੀ ਕੁਛ ਦੇ ਦਿੰਦੇ ਹਾਂ ਵਿਚਾਰੀ ਨੂੰ, ਵਿਚਾਰੀ ਦਾ ਡੰਗ ਸਰ ਜੂ। ਪਰ ਉਦੋਂ ਤੂੰ ਮੇਰੀ ਇੱਕ ਨਹੀਂ ਮੰਨੀ। ਜੇ ਉਦੋਂ ਚਾਰ ਛਿਲੜ ਉਹਦੇ ਹੱਥ 'ਤੇ ਧਰੇ ਹੁੰਦੇ ਨਾ ਤਾਂ ਅੱਜ ਜਾਣਾ ਸੌਖਾ ਹੋ ਜਾਂਦਾ। ਹੁਣ ਕਿਹੜਾ ਮੂੰਹ ਲੈ ਕੇ ਮੱਥੇ ਲੱਗੇਗੀ ਉਹਨਾਂ ਦੇ? ਉਹ ਗੱਲ ਛੱਡੋ, ਹੁਣ ਵੀ ਮੌਕਾ ਹੈਗਾ, ਕੋਈ ਬਹਾਨਾ ਮਾਰ ਦਿਆਂਗੇ। ਹੁਣ ਤਾਂ ਤੂੰ ਜੋ ਮਰਜ਼ੀ ਕਰ ਲਾ, ਅਗਲੇ ਨੂੰ ਸਭ ਯਾਦ ਰਹਿੰਦਾ। ਮੈਨੂੰ ਪਤਾ ਕਿ ਮੇਰੀ ਵੀਰੋ ਭੈਣ ਮੂੰਹ 'ਤੇ ਕੁਛ ਨਹੀਂ ਬੋਲ ਕੇ ਸੁਣਾਉਂਦੀ, ਪਰ ਪਤਾ ਉਹਨੂੰ ਸਭ ਹੁੰਦਾ। ਚੱਲ ਕੋਈ ਨਾ, ਆਪਾਂ ਮੌਕਾ ਨਹੀਂ ਛੱਡਣਾ, ਜਾਣਾ ਹੈ ਆਪਾਂ ਨੇ। ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ। ਅੱਜ ਤੂੰ ਜਿੱਤ ਗਈ ਭਾਈ ਵੀਰੋ, ਤੇਰੀ ਅਣਖ ਤੇ ਇੱਜ਼ਤ ਅੱਗੇ ਸਾਡਾ ਸਿਰ ਝੁਕ ਗਿਆ। ਤੂੰ ਆਪਣੇ ਬੱਚਿਆਂ ਨੂੰ ਪਾਲ ਪਲੋਸ ਕੇ ਚੰਗੀ ਸਿੱਖਿਆ ਦਿੱਤੀ, ਪਰ ਕਿਸੇ ਦਾ ਸਹਾਰਾ ਨਹੀਂ ਤੱਕਿਆ। ਹੋ ਸਕਦਾ ਤੂੰ ਲੋੜ ਵੇਲੇ ਕਿਸੇ ਅੱਗੇ ਹੱਥ ਵੀ ਛੱਡੇ ਹੋਣ, ਪਰ ਮੈਨੂੰ ਪਤਾ ਲੋੜ ਵੇਲੇ ਕੋਈ ਕੰਮ ਨਹੀਂ ਆਉਂਦਾ। ਮੈਂ ਵੀ ਤੈਨੂੰ ਕੁੜੀ ਦੀ ਪੜ੍ਹਾਈ ਵਿੱਚ ਹੀ ਛੁਡਾ ਕੇ ਵਿਆਹੁਣ ਦੀ ਸਲਾਹ ਦਿੱਤੀ ਸੀ, ਪਰ ਤੂੰ ਆਪਣੇ ਸਿਰਕ 'ਤੇ ਕਾਇਮ ਰਹੀ। ਦੇਖ ਲਾ ਤੇਰੀ ਮਿਹਨਤ ਨੂੰ ਫਲ ਮਿਲਿਆ, ਅੱਜ ਤੇਰੀ ਧੀ ਪੰਮੀ ਕੈਨੇਡਾ ਚੱਲੀ ਆ। ਤੂੰ ਜਿੱਤ ਗਈ ਧੀਏ ਤੇ ਅਸੀਂ ਹਾਰ ਗਏ। ਛੱਡੋ ਤਾਇਆ ਜੀ, ਹੁਣ ਫਿਰ ਤੁਸੀਂ ਇਮੋਸ਼ਨਲ ਗੱਲਾਂ ਕਰਕੇ ਸਾਨੂੰ ਰਵਾਨਾ ਦਿਓ। ਚਲੋ ਮਾਮਾ ਜੀ, ਆਪਾਂ ਇੱਕ ਫੋਟੋ ਖਿਚਵਾਉਂਦੇ ਹਾਂ। ਜੱਗੀ ਵੀਰੇ, ਖਿੱਚ ਫੋਟੋ।